ਕੀ ਹਾਲ ਹੈ ਜੀ ਦੋਸਤੋ ਮੈਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਤਲਵੰਡੀ ਮੇਲੇ ਦੀਆਂ ਤਿਆਰੀਆਂ ਕਰ ਰਹੇ ਹੋਵੋਗੇ ਜਿਹੜੇ ਬੰਦੇ ਨੇ ਤਲਵੰਡੀ ਸੱਭ ਮੇਲੇ ਤੇ ਆਉਣਾ ਤੇ ਕਈ ਬੰਦੇੰਦੀ ਨਾ ਡਿਮਾਂਡ ਆ ਰਹੀ ਸੀਗੀ ਵੀ ਕੋਈ ਗਰੜੀ ਚੰਬੀ ਹੋਵੇ ਕੋਈ ਜਾਇਜ ਜੇ ਰੇਟ ਦੀ ਹੋਵੇ ਪਾਲਾ ਰੇਟ ਨਾ ਹੋਵੇ ਚੰਗੀ ਹਾਈਟ ਹੋਵੇ ਉਹ ਮੈਂ ਸਾਰੀਆਂ ਗੱਲਾਂ ਧਿਆਨ ਚ ਰੱਖੀਆਂ ਨੇ ਤੇ ਤੁਹਾਡੇ ਵਾਸਤੇ ਘੋੜੀ ਵੀ ਲੈ ਕੇ ਆਇਆ ਚੰਗੇ ਟਾਪ ਦੇ ਘੋੜੇ ਤੋਂ ਗੱਭਣ ਵੀ ਹੈਗੀ ਹਨਾ ਜੀ ਆਪਾਂ ਅੱਗੇ ਵੀਡੀਓ 'ਚ ਗੱਲਬਾਤ ਕਰਨੀ ਆ ਤੇ ਜਿਹੜੇ ਬੰਦੇ ਫੇਸਬੁੱਕ ਪੇਜ ਤੇ ਆਪਣੀ ਵੀਡੀਓ ਦੇਖੀ ਜਾਂਦੇ ਆ ਉਹ ਫੇਸਬੁੱਕ ਪੇਜ ਨੂੰ ਫੋਲੋ ਕਰ ਦਿਓ ਤੇ YouTube ਤੇ ਵੀਡੀਓ ਦੇਖਣ ਵਾਲੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੁਸੀਂ Instagram ID ਨੂੰ ਜਾ ਕੇ ਫੋਲੋ ਕਰ ਲਓ ਉਥੇ ਆਪਾਂ ਇਸ ਤੋਂ 13-14 ਘੰਟੇ ਪਹਿਲਾਂ ਵੀਡੀਓ ਅਪਲੋਡ ਕਰ ਦਿੰਦੇ ਹੁੰਦੇ ਹਾਂ YouTube Facebook ਨਾਲੋਂ ਦੋਸਤੋ ਇਹ ਜਿਹੜੀ ਘੋੜੀ ਹੈ ਇਹ ਬਾਈ ਹੁਣੇ ਕਹਿੰਦੇ ਫੱਟੀ ਵਾਲੀ 63 ਇੰਚ ਹਾਈਟ ਆ 5 ਤੋਂ 6 ਸਾਲ ਉਮਰ ਹੈ ਜੀ ਤੇ ਗੱਬਣ ਕਰਵਾਈ ਹੋਈ ਹੈ ਬਾਈ ਹੁਣੇ ਕਹਿੰਦੇ ਸਾਢੇ 3 ਮਹੀਨੇ ਦੀ ਗੱਬਣ ਹੈਗੀ ਕੱਲਾਂ ਵਾਲੇ ਚੇਤਕ ਘੋੜੇ ਦੇ ਬੱਚੇ ਤੋਂ ਜੈ ਮੰਗਲਾ ਘੋੜਾ ਹੈਗਾ ਉਹਦੇ ਤੋਂ ਗੱਭਣ ਚੱਕ ਪਾਸ ਹੋ ਗਈ ਤੇ ਬਾਕੀ ਬਾਈ ਹੁਣੇ ਕਹਿੰਦੇ ਵੀ ਜਿਹੜਾ ਰੇਟ ਹੈ ਰੇਟ ਅਸੀਂ ਫੋਨ ਤੇ ਕਰਾਂਗੇ ਦੋਸਤੋ ਮਾਲਕ ਨੇ ਆਪਾਂ ਨੂੰ ਰੇਟ ਨਹੀਂ ਦੱਸਿਆ ਤਾਂ ਕਰਕੇ ਮੈਂ ਵੀਡੀਓ 'ਚ ਰੇਟ ਨਹੀਂ ਦੱਸਿਆ ਤੇ ਮਲੇਰ ਕੋਟਲੇ ਏਰੀਏ 'ਚ ਖੜੀ ਹੈ ਜੀ ਇਹ ਤੇ ਨੱਥੂ ਮਾਜਰਾ ਪਿੰਡ ਆ ਬਾਈ ਦਾ ਉੱਥੇ ਇਹ ਖੜੀ ਆ ਬਾੜ ਪੌਰੀਆਂ ਦੀ ਸਾਫ ਹੈ ਤੇ ਸਵਾਰੀ ਸਪੂਰੀ ਗਰਮਦੀ ਹੈ ਜੀ ਸੌ ਸੀ ਲਠੰਡੀ ਪੂਰੀ ਆ ਪਹਿਲੀ ਵਾਰ ਹੀ ਰੱਖਣ ਵਾਲੇ ਬੰਦੇ ਲਈ ਬਹੁਤ ਵਧੀਆ ਤੇ ਪਰਫੈਕਟ ਘੋੜੀ ਆ ਡਿਟੇਲ ਮੈਂ ਦੁਬਾਰੇ ਦੱਸ ਦਿੰਨਾ ਜੀ 63 ਇੰਚ ਫੱਟੀ ਵਾਲੀ ਹਾਈਟ ਆ 5 ਤੋਂ 6 ਸਾਲ ਉਮਰ ਹੈ ਸਾਢੇ 3 ਮਹੀਨੇ ਦੀ ਗੱਭਣ ਹੈ ਕੱਲਾਂ ਵਾਲੇ ਚੇਤਕ ਘੋੜੇ ਦਾ ਬੱਚਾ ਹੈਗਾ ਜੈ ਮੰਗਲਾ ਉਹਦੇ ਤੋਂ ਪ੍ਰਾਈਜ਼ ਬਾਈ ਹੁਣੀ ਫੋਨ ਤੇ ਦੱਸਣਗੇ ਦੋਸਤੋ ਮੈਨੂੰ ਜਿੰਨੀ ਜਾਣਕਾਰੀ ਮਾਲਕ ਦੱਸਦਾ ਹੈ ਉਨੀ ਜਾਣਕਾਰੀ ਮੈਂ ਵੀਡੀਓ 'ਚ ਬੋਲ ਦਿੰਨਾ ਹੁਣਾ ਹੈ ਕਿਉਂਕਿ ਦੋਸਤੋ ਅਸੀਂ ਆਪਦੇ ਕੋਲੋਂ ਨਾ ਤਾਂ ਕਦੇ ਕੋਈ ਵਧਾ ਕੇ ਗੱਲ ਕੀਤੀ ਹੈ ਤੇ ਨਾ ਕੋਈ ਘਟਾ ਕੇ ਕੀਤੀ ਹੈ ਜਿੰਨੀ ਡਿਟੇਲ ਸਾਨੂੰ ਮਿਲਦੀ ਹੈ ਅਸੀਂ ਉੰਨੀ ਵੀਡੀਓ ਚ ਦੱਸ ਦਿੰਦੇ ਹੁੰਦੇ ਆ ਜੇ ਤੁਸੀਂ ਵੀ ਆਪਣੀ ਵੀਡੀਓ ਐਸੀ ਤਰ੍ਹਾਂ ਪਾਉਣੀ ਚਾਹੁੰਦੇ ਹੋ ਆਪਣੇ ਤੋਂ ਇੰਸਟਾਗ੍ਰam ਫੇਸਬੁੱਕ YouTube ਤੇ ਤਾਂ ਤੁਸੀਂ ਮੇਰੇ ਨਾਲ ਇਸ ਨੰਬਰ ਤੇ ਸੰਪਰਕ ਕਰ